ਸਿੱਖੋ ਸਾਹਿਬ ਤੋਂ ਨਹੀਂ, ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ, ਇੱਕ ਸਵਾਲ ਦਾ ਜਵਾਬ ਦੇ ਕੇ ਜਾਣ ਸਿੱਖੋ ਸਾਹਿਬ। ਮੇਰੀ ਬੇਨਤੀ ਹੈ ਜਿਹੜੀ FIR ਕੱਟੀ ਹੈ ਉਹ ਮੌਜੂਦਾ ਰੋੜੀ ਸਾਹਿਬ ਜਿਹੜੇ ਡਿਪਟੀ ਸਪੀਕਰ ਆ ਉਹਨਾਂ ਵੱਲੋਂ ਕੱਟੀ ਹੈ। ਰੋੜੀ ਸਾਹਿਬ ਵੀ ਬੜੇ ਜ਼ਿੰਮੇਵਾਰ ਬੰਦੇ ਨੇ ਅਤੇ ਬਾਕੀ ਤੁਹਾਡੇ MLA ਵੀ ਬੜੇ ਜ਼ਿੰਮੇਵਾਰ ਬੰਦੇ ਨੇ। FIR ਜਿਹੜੀ ਹੁੰਦੀ ਹੈ, ਜੋ ਵਕੀਲ ਅਤੇ ਪੁਲਿਸ ਅਫਸਰਾਂ ਦੇ ਤਜਰਬੇ ਦੀ ਗੱਲ ਆ, ਜੋ FIR ਲਿਖਿਆ ਜਾਵੇ ਉਸੇ 'ਤੇ ਕੇਸ ਜਿਹੜਾ ਹੈ ਅਖੀਰ ਤੱਕ ਲੜਿਆ ਜਾਂਦਾ ਹੈ। ਕਿਸੇ ਬੰਦੇ ਦਾ FIR 'ਚ ਨਾਂ ਨਹੀਂ, ਕਿਸੇ ਮੋਬਾਈਲ ਨੰਬਰ ਤੱਕ ਦਾ ਨਾਂ ਨਹੀਂ ਕਿ ਕਿਹੜੇ ਬੰਦੇ ਨੇ ਮੋਬਾਈਲ ਕਿਹੜੇ ਨੰਬਰ ਤੋਂ ਕੀਤਾ ਅਤੇ ਕੀ ਔਫਰ ਕੀਤਾ। ਇੱਕ ਅਣਪਛਾਤਿਆਂ ਦੇ ਨਾਂ 'ਤੇ FIR ਦਰਜ ਕਰਕੇ ਇੱਕ ਝੂਠੇ ਡਰਾਮੇ 'ਤੇ ਇੱਕ ਕਿਸਮ ਦੀ ਲਿਪਾਪੋਤੀ ਕੀਤੀ ਜਾ ਰਹੀ ਹੈ। ਅੱਜ 10 ਦਿਨ ਹੋ ਗਏ FIR ਦਰਜ ਹੋਈ ਨੂੰ, ਆਨਲਾਈਨ ਹਲੇ FIR ਨਹੀਂ ਦਿਖਦੀ ਗਈ ਜੀ। ਅਤੇ ਉਸ FIR ਦੇ ਉੱਤੇ ਸਰਕਾਰ ਨੇ ਕੀ ਐਕਟ ਕੀਤਾ? ਇੱਕ ਟਵੀਟ ਕਰਦੇ, ਕੋਈ ਫੇਸਬੁੱਕ ਦੀ ਪੋਸਟ ਸ਼ੇਅਰ ਕਰਦੇ, ਉਹ ਤਾਂ ਤੁਹਾਡੀ ਜਿਹੜੀ ਹੈਗੀ ਆ ਪੁਲਿਸ ਨਾਲ ਦੀ ਨਾਲ ਪਰਚੇ ਦਰਜ ਕਰਕੇ ਅਤੇ ਬੰਦਿਆਂ ਨੂੰ ਫੜਨ ਜਾਵੜਦੀ ਹੈ। ਆ ਕੱਲ੍ਹ ਪਰਸੋਂ ਵੀ ਦਰਜ ਹੋਇਆ, ਪਹਿਲਾਂ ਥੋੜ੍ਹੇ ਦਿਨ ਪਹਿਲਾਂ ਮੇਰਾ ਖਿਆਲ ਹੈ ਰਾਜਾ ਵੜਿੰਗ ਸਾਹਿਬ ਅਤੇ ਖਹਿਰੇ 'ਤੇ ਦਰਜ ਹੋਇਆ, ਉਸ ਤੋਂ ਪਹਿਲਾਂ BJP ਦੇ ਕਿਸੇ ਲੀਡਰਾਂ 'ਤੇ ਹੋਇਆ ਪੋਸਟਾਂ ਸ਼ੇਅਰ ਕਰਨ ਦਾ। ਅਤੇ ਜੇ ਫੋਨ 'ਤੇ ਔਫਰਾਂ ਦਿੱਤੀਆਂ ਗਈਆਂ, ਕਿਸੇ ਦਾ ਫੋਨ ਨੰਬਰ, ਕਿਸੇ ਦਾ ਨਾਂ, ਕਿਸੇ ਦੀ ਹੁਣ ਤੱਕ ਗ੍ਰਿਫਤਾਰੀ, ਅਤੇ ਲੋਕ ਇਹਨੂੰ ਡਰਾਮਾ ਨਾ ਸਮਝਣ ਤਾਂ ਕੀ ਸਮਝਣ? ਇੱਕ ਗੱਲ। ਦੂਜੀ ਗੱਲ, ਅਸੀਂ ਵਿਰੋਧੀ ਪਾਰਟੀਆਂ ਮੰਨਦੇ ਹਾਂ ਕਿ ਤੁਹਾਡੇ ਕੋਲ ਪ੍ਰਚੰਡ ਬਹੁਮਤ ਹੈ, ਕੋਈ ਕਿਸੇ ਨੇ ਬੇਵਿਸ਼ਵਾਸੀ ਦਾ ਮਤਾ ਨਹੀਂ ਲਿਆਂਦਾ, ਫਿਰ ਕਿਉਂ ਪੈਸਾ ਪੰਜਾਬ ਦਾ ਉਜਾੜਦੇ ਹੋ? ਜੇ ਡਿਸਕਸ ਕਰਨਾ ਕੀ SYL ਦੇ ਮੁੱਦੇ 'ਤੇ ਰੈਜੂਲੂਸ਼ਨ ਪਾਓਗੇ, ਕੀ ਚੰਡੀਗੜ੍ਹ ਦੇ ਮੁੱਦੇ 'ਤੇ ਰੈਜੂਲੂਸ਼ਨ ਪਾਓਗੇ, ਕੀ ਜਿਹੜਾ ਸਰਾਰੀ ਦੀ ਟੇਪ ਸਾਹਮਣੇ ਆ ਗਈ? ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਫੋਨ ਆਏ ਆ, ਨਾ ਕੋਈ ਬੰਦਾ, ਨਾ ਗਵਾਹ, ਨਾ ਕੋਈ ਫੋਨ ਕਾਲ ਦਾ ਨੰਬਰ, ਉੱਥੇ ਤੁਸੀਂ ਪਰਚਾ ਦਰਜ ਕਰਤਾ, ਤੇ ਇੱਥੇ ਸਰਾਰੀ ਦੀ ਟੇਪ ਹੈਗੀ, ਤੁਸੀਂ ਕੋਈ ਕਾਰਵਾਈ ਨਹੀਂ ਕਰਦੇ? 500 ਕਰੋੜ ਦਾ ਇਸੇ ਤਰ੍ਹਾਂ ਜਿਹੜਾ ਸ਼ਰਾਬ ਕਪੜਾ ਕੀ ਹੈ, ਨਾ ਸਾਰੇ ਮੁੱਦਿਆਂ ਤੇ ਡਿਸਕਸ਼ਨ ਹੋਊਗੀ, ਗਵਰਨਰ ਸਾਹਿਬ ਨੂੰ ਲਿਖ ਕੇ ਭੇਜੋਗੇ? ਉਹਨਾਂ ਦਾ ਕੁਛ ਨਹੀਂ ਹੋਣਾ। BJP ਦਾ ਜਿਹੜਾ ਕਰੈਕਟਰ ਹੈ ਸਾਰੇ ਦੇਸ਼ ਦੇ ਲੋਕਾਂ ਨੂੰ ਪਤਾ, ਪੰਜਾਬ ਦੇ ਅੰਦਰ ਵੀ ਪਤਾ, ਸਭ ਕੁਝ ਸਾਹਮਣੇ ਲਿਆਵਾਂਗੇ, ਇਕੱਲੇ ਇਕੱਲੇ ਬੰਦੇ ਦਾ ਨਾਂ ਲੈ ਕੇ ਆਵਾਂਗੇ ਸਾਹਮਣੇ। ਤੁਸੀਂ ਕਿਹੜੀ ਗੱਲ ਦੀ ਚਿੰਤਾ 'ਚ ਪਏ ਹੋ? ਸਭ ਕੁਛ ਲੋਕਾਂ ਦੇ ਸਾਹਮਣੇ ਆਊਗਾ। ਔਰ ਇਹ ਜਿਹੜਾ ਹੈਗਾ, ਇਹ ਆਮ ਆਦਮੀ ਪਾਰਟੀ ਦੇ ਪੰਜਾਬ ਦਾ ਜਿਹੜਾ ਆਪਣੀ ਜਿਹੜੀ ਹੈਗੀ ਸਰਕਾਰ ਦਾ ਵਾਅਦਾ ਹੈ ਲੋਕਾਂ ਨਾਲ, ਔਰ ਲੋਕਾਂ ਨੂੰ ਦੱਸਾਂਗੇ ਕਿ ਕਿਹੜਾ ਬੰਦਾ ਕਿੱਥੇ ਕਿਹੜੇ ਕਿਰਦਾਰ ਦਾ ਮਾਲਕ ਹੈ। ਇਸ ਵਾਸਤੇ ਐਵੇਂ ਰੌਲਾ ਪਾਇਆ ਤੁਸੀਂ ਸੱਚੇ ਨਹੀਂ ਬਣ ਜਾਂਦੇ ਸਰਾਰੀ ਸਾਹਿਬ। ਜਿਸ ਤਰ੍ਹਾਂ ਦਾ ਤੁਹਾਡਾ BJP ਨੇ, ਜਿਸ ਤਰ੍ਹਾਂ ਦਾ BJP ਨੇ ਭਾਰਤ ਦੇ ਅੰਦਰ ਮਾਹੌਲ ਪੈਦਾ ਕੀਤਾ ਹੋਇਆ ਲੋਕਾਂ ਨੂੰ ਡਰਾਉਣ ਦਾ, ਲੋਕਾਂ ਨੂੰ ਧਮਕਾਉਣ ਦਾ, ਖਰੀਦਣ ਦਾ, ਸਾਰੇ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ, ਸਾਰੇ ਮੁੱਦਿਆਂ ਤੇ ਗੱਲ ਕਰਾਂਗੇ। BJP ਵਾਂਗੂ ਪਿੱਠ ਨਹੀਂ ਦਿਖਾਉਂਦੇ ਪੰਜਾਬ ਦੇ ਮੁੱਦਿਆਂ ਨੂੰ, ਹਰ ਮੁੱਦੇ ਤੇ ਤੁਸੀਂ ਪਿੱਠ ਦਿਖਾਤਾ ਭੱਜੇ ਹੋ, ਹਰ ਮੁੱਦੇ ਤੇ BJP ਜਿਹੜੀ ਹੈਗੀ ਆ ਪੰਜਾਬ ਵਿਰੋਧੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸੇਖੋ ਸਾਹਿਬ।